ਤੇ ਲੈ ਲਈ ਤਾਂ ਫਿਰ ਲੰਘਾ ਲਈ 855 ਇੱਥੋਂ ਦੀ। ਕੀ ਮਤਲਬ ਹੋਇਆ ਤੇਰਾ ਯਾਰ, ਮੈਂ ਗੱਲ ਨਹੀਂ ਸਮਝਿਆ। ਇੱਥੋਂ ਦੀ ਪਹੀ ਨਹੀਂ ਹੈਗੀ ਜੀ। ਉਹ ਲਿਆ ਚਾਹ ਦੀ ਕੁੱਟ ਹੁਣ, ਕਿੱਦਾਂ ਤੁਰਦੀ ਵੀ ਐ ਆ ਦੱਸ। ਆ ਲੈ ਫੜ, ਚਾਹ ਤਾਂ ਪੀ ਲਾ ਪਰ ਮੇਰੀ ਗੱਲ ਸੁਣ ਲਾ। ਕੀ ਕਹਿਣੀ ਆ ਹੁਣ ਤੂੰ ਦੱਸ ਦੇ। ਮੈਂ ਤਾਂ ਕੀ ਕਹਿਣਾ, ਮੈਂ ਤਾਂ ਇਹੀ ਕਹਿੰਦੀ ਆ ਵੀ ਜੱਟਾਂ ਦੇ ਧੀ ਪੁੱਤ ਤਾਂ ਨਾ ਕੰਮ ਕਰਦੇ ਸੋਹਣੇ ਲੱਗਦੇ ਆ, ਨਾਲੇ ਤੁਹਾਨੂੰ ਪਤਾ ਹੈਗਾ ਵੀ ਵਿਹਲੇ ਬੈਠੇ ਹੋ ਤੁਸੀਂ, ਐਂ ਕਿੰਨੇ ਕੁ ਦਿਨ ਸਰੂਗਾ। ਉੱਤੋਂ ਜਵਾਕਾਂ ਦੀ ਪੜ੍ਹਾਈ ਦਾ ਖਰਚਾ ਗਾ, ਉੱਤੋਂ ਕੱਲ ਨੂੰ ਧੀ ਵਿਆਹਾਂਗੇ ਫੇਰ ਖਰਚਾ, ਨਾਲੇ ਬੇਬੇ ਬਾਪੂ ਵਿਚਾਰੇ ਕਿੰਨਾ ਕੁ ਚਿਰ ਬੈਠੇ ਆ। ਉਹ ਗਗਨ ਤੂੰ ਕਿਉਂ ਨਹੀਂ ਸਮਝਦੀ ਹੈਗੀ ਦੱਸ, ਮੈਂ ਕੀ ਕਰ ਲਾਂ ਹੁਣ। ਮੈਂ ਜਾ ਕੇ ਉੱਥੇ ਮਾਨਸਾ ਜਾ ਕੇ ਦੁਕਾਨ ਤੇ ਕੰਮ ਕਰਨ ਲੱਗ ਜਾ, ਮੈਥੋਂ ਨਹੀਂ ਹੁੰਦੇ ਹੈਗੇ ਕੰਮ। ਜੱਟ ਤਾਂ ਜ਼ਮੀਨ 'ਚ ਹੀ ਕੰਮ ਕਰਦਾ ਸੋਹਣਾ ਲੱਗਦਾ। ਕੰਮ ਕਰਦੇ ਤਾਂ ਸੋਹਣੇ ਲੱਗਦੇ ਹੋ, ਮੈਂ ਐਂ ਨਹੀਂ ਕਹਿੰਦੀ ਗੀ ਵੀ ਤੁਸੀਂ ਕੱਲਾ ਜ਼ਮੀਨ ਜੋਗੀ ਰਹਿ ਜਾਓ। ਐਂ ਕਹਿੰਦੀ ਆ ਚਾਰ ਪੈਸੇ ਜੇ ਕਿਸੇ ਪਾਸੇ ਹੋਰ ਜੁੜਦੇ ਆ ਕੋਈ ਜੋੜ ਲਿਆ ਕਰੋ, ਜਾਂ ਕੋਈ ਕੰਮ ਕਾਰ ਤੋਰ ਲਓ ਫਿਰ। ਉਹ ਮੈਂ ਕੀ ਕੰਮ ਕਾਰ ਤੋਰਾਂ, ਮੈਂ ਤਾਂ ਜ਼ਮੀਨ ਠੇਕੇ ਤੇ ਦੇਖਦਾ, ਜੇ ਕਿਤੋਂ ਮਿਲ ਗਈ ਤਾਂ ਲੈ ਲੂੰਗਾ। ਪਰ ਕੀ ਕਰਾਂ, ਰੇਟ ਹੀ ਵਾਲਾ ਠੇਕੇ ਦਾ, ਉਹ ਵੀ ਹਿਸਾਬ 'ਚ ਨਹੀਂ ਆਈ ਜਾਂਦੀ ਹੈਗੀ। ਚੱਲ ਫਿਰ ਦੇਖ ਲਓ, ਫਿਰ ਕਹੋਗੇ ਰੇਹਾਂ ਸਪਰੇਹਾਂ 'ਚ ਨਿਕਲ ਜਾਂਦੇ, ਫਸਲ ਨਹੀਂ ਪੱਲੇ ਪਾਉਂਦੀ, ਫੇਰ ਤੋੜ ਕੇ ਬਹਿ ਜਾਓ ਆਪਦੇ ਬੰਨੀ ਪੈਸੇ। ਬਸ ਤੁਸੀਂ ਤਾਂ ਇਹੋ ਜਿਹਾ ਕੁਛ ਹੀ ਕਰਨਾ। ਉਹ ਵਧੀਆ ਆਇਆ ਹੈਪੀ, ਬਹਿ ਜਾ ਬਹਿ ਜਾ ਬਾਈ ਹੈਪੀ। ਹੋਰ ਕਿਵੇਂ? ਵਧੀਆ ਠੀਕ ਠਾਕ। ਮੈਂ ਚਾਹ ਲਿਆਉਣੀ, ਬਹਿ ਜਾ ਤੂੰ। ਕੋਈ ਨਾ, ਲਿਆ ਲਿਆ ਲਿਆ। ਹੋਰ ਸੁਣਾ ਹੈਪੀ, ਕੀ ਹਾਲ ਆ? ਬੰਟੂ ਮੈਂ ਢੋਲੀ ਲੈਣਾ ਆਇਆ ਸੀ ਯਾਰ, ਬੰਟੂ 30 ਰੁਪਏ ਵਾਲੀ। ਮੇਰੀ ਗੱਲ ਸੁਣ ਹੈਪੀ, ਢੋਲੀ ਦਾ ਲੈ ਜਾ, ਕੋਈ ਜਵਾਬ ਨਹੀਂ ਹੈਗੇ। ਪਰ ਮੋੜ ਜੀ ਭਰਾਵਾ, ਅੱਜ ਕੱਲ ਨਾ ਲੋਕ ਚੀਜ਼ ਲੈ ਜਾਂਦੇ ਆ, ਮੋੜਦੇ ਨਹੀਂ ਹੈਗੇ। ਬੜੀ ਅੱਕੇ ਆ ਪਿਆ, ਕਿਉਂ ਕੋਈ ਪ੍ਰੋਬਲਮ ਆ? ਯਾਰ ਕੀ ਦੱਸਾਂ ਯਾਰ, ਮੈਂ ਤਾਂ ਬੜਾ ਦੁਖੀ ਹੋਇਆ ਪਿਆ। ਕੀ ਹੋ ਗਿਆ? ਜੇ ਡਾਕਟਰ ਨੂੰ ਆਪਾਂ ਬਿਮਾਰੀ ਦੱਸਾਂਗੇ ਉਹਦਾ ਹੱਲ ਫੇਰ ਹੀ ਹੁੰਦਾ ਹੁੰਦਾ। ਤੂੰ ਕੋਈ ਮੈਨੂੰ ਬਿਮਾਰੀ ਦੱਸ, ਤੈਨੂੰ ਕੀ ਬਿਮਾਰੀ ਆ? ਓ ਯਾਰ ਬਿਮਾਰੀ ਤੈਨੂੰ ਮੈਂ ਕੀ ਦੱਸਾਂ ਯਾਰ, ਤੇਰੀ ਭਰਜਾਈ ਨਾ ਰੋਜ਼ ਕਲੇਸ਼ ਕਰ ਲੈਂਦੀ ਆ, ਕਹਿੰਦੀ ਕੋਈ ਕੰਮ ਧੰਦਾ ਲੱਗ ਜਾ। ਅੱਛਾ, ਹੁਣ ਕੰਮ ਧੰਦਾ ਦੱਸ ਮੈਂ ਕੀ ਕਰਾਂ? ਮੈਂ ਤਾਂ ਠੇਕੇ ਤੇ ਜ਼ਮੀਨ ਦੇਖਦਾ ਫਿਰਦਾ ਸੀ, ਹੁਣ ਤੈਨੂੰ ਪਤਾ ਹੀ ਆ ਭਰਾਵਾ, ਠੇਕੇ ਦਾ ਰੇਟ ਦੇਖ ਕਿੰਨਾ ਚੱਲੀ ਜਾਂਦਾ, ਉਹ ਪਰਤੇ ਤੋਂ ਬਾਹਰ ਹੋਇਆ ਪਿਆ। ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਯਾਰ, ਕਿਤੋਂ ਜੇ ਠੇਕੇ ਤੇ ਸਸਤੀ ਜ਼ਮੀਨ ਮਿਲ ਜਾਏ ਯਾਰ, ਪਤਾ ਕਰ ਦੇ ਮੈਨੂੰ, ਦਵਾ ਦੇ ਯਾਰ। ਪਰ ਤੂੰ ਆ ਮੇਰੇ ਬਥੇਰੇ ਯਾਰ ਦੋਸਤ ਆ, ਮੈਂ ਤੈਨੂੰ ਠੇਕੇ ਤੇ ਵਧੀਆ ਰੇਟ 'ਚ ਦਵਾ ਦੂੰ, ਜ਼ਮੀਨ ਵਾਲੀ ਮਹਿੰਗੀ ਵੀ ਨਹੀਂ ਦਵਾਉਂਦਾ ਤੈਨੂੰ। ਵਾਧੂ ਆਪਣੀ ਜਾਣ ਪਛਾਣ ਆ ਲੈ ਹੈਪੀ, ਚਾਹ ਪੀ ਲਾ। ਵਾਧੂ ਜਾਣ ਪਛਾਣ ਆਪਣੀ, ਮੈਂ ਬੇਸੰਸਰ ਆ, ਮੈਂ ਆਪੇ ਦਵਾ ਦਿੰਦਾ ਜ਼ਮੀਨ। ਉਹ ਯਾਰ ਪਤਾ ਕੀ ਹੈ, ਮੈਨੂੰ ਐਂ ਜੇ ਹੁਣ ਜੇ ਮਿਲ ਜੇ ਨਾ, ਚੱਲ ਪਛੇਤੀ ਸਹੀ ਕਣਕ ਜੀ ਬੀਜ ਦੂੰਗਾ ਯਾਰ, ਕੀ ਹਿਸਾਬ ਕਿਤਾਬ 'ਚ ਆ ਜੇ ਯਾਰ। ਹੋਰ ਯਾਰ ਮੈਂ ਬਾਹਲਾ ਦੁਖੀ ਹੋਇਆ ਪਿਆ, ਹੁਣ ਇਹ ਤਾਂ ਬੋਲਣ ਲੱਗੀ ਸੰਗਦੀ ਨਹੀਂ ਹੈਗੀ, ਮੈਨੂੰ ਕਹਿੰਦੀ ਜਾ ਕੇ ਦਿਹਾੜੀ ਕਰ ਲਾ, ਜਾ ਕੇ ਮਾਨਸਾ ਲੱਗ ਜਾ। ਉਹ ਯਾਰ ਹੁਣ ਮੈਂ ਖੇਤੀ ਕਰਦਾ ਰਿਹਾ, ਮੈਥੋਂ ਹੁਣ ਕਿੱਥੇ ਦੁਕਾਨਾਂ ਤੇ ਕੰਮ ਹੁੰਦੇ ਆ ਯਾਰ, ਐਵੇਂ ਦੋਹੀ ਗੱਲ ਤੇਰੀ। ਬਾਕੀ ਜੱਟ ਤਾਂ ਖੇਤੀ ਨਾਲ ਹੀ ਬਣਿਆ ਯਾਰ, ਉਹੀ ਗੱਲ ਆ ਯਾਰ। ਜ਼ਮੀਨ ਅੱਜ ਸ਼ਾਮ ਤੱਕ ਲੱਭ ਕੇ ਦੇ ਦੂੰਗਾ ਚੰਗਾ। ਉਹ ਤਾਂ ਠੀਕ ਆ, ਮੇਰੀ ਗੱਲ ਸੁਣ ਲਾ, ਢੋਲੀ ਲੈ ਜੀ ਭਰਾਵਾ, ਤੇ ਉਹਨਾਂ ਚਾਰਜ ਕਰ ਲਈ, ਮੈਂ ਤਾਂ ਨਾ ਚਾਰਜ ਵੀ ਨਹੀਂ ਕੀਤੀ, ਹੁਣ ਤੈਨੂੰ ਪਤਾ ਜ਼ਮੀਨ ਤਾਂ ਹੈ ਨਹੀਂ, ਤੇ ਉਹਨੂੰ ਚਾਰਜ ਕਰ ਲਈ, ਫਿਰ ਆਪਦੀ ਸਪਰੇਅ ਕਰਨੀ। ਠੀਕ ਆ, ਪਰ ਬਾਈ ਬਣ ਕੇ ਮੋੜ ਜੀ ਨਾ, ਮੋੜ ਜੂ ਪੱਕਾ, ਹੱਥ ਨੇ ਨਾ ਤੈਨੂੰ ਮੈਂ ਦੱਸ ਜੂ, ਬੰਦੇ ਨਾਲ ਰਾਇ ਕਰਕੇ ਨਾ ਤੈਨੂੰ ਢੋਲੀ ਮੋੜ। ਠੀਕ ਆ ਠੀਕ ਆ, ਓਕੇ ਬ੍ਰੋ। ਚਾਹ ਬੜੀ ਛੇਤੀ ਪੀਤੀ ਆ ਪਤੰਦਰਾ, ਇੰਨੀ ਗਰਮ ਚਾਹ ਪੀਨਾ? ਪੀ ਹਟਿਆ ਚਾਹ? ਹਾਂ ਪੀ ਲਈ ਚਾਹ ਤਾਂ। ਅੱਛਾ ਕੀ ਕਹਿੰਦਾ ਸੀ ਹੈਪੀ? ਮੈਂ ਤਾਂ ਚਾਹ ਫੜਾ ਕੇ ਮੁੜ ਗਈ ਉਹਦੀ। ਹੁਣ ਤੇਰੇ ਕੰਨ ਤਾਂ ਇੱਧਰ ਹੀ ਸੀ, ਤੈਨੂੰ ਕਿਹੜਾ ਸੁਣਿਆ ਨਹੀਂ ਹੈਗਾ, ਢੋਲੀ ਪੁੱਛਣ ਆਇਆ ਸੀ ਉਹ ਤਾਂ। ਢੋਲੀ ਪੁੱਛਣ ਆਇਆ ਸੀ, ਇੱਕ ਤਾਂ ਉਹ ਗਰਵਾਚਣ ਲੈ ਗਿਆ ਸੀ ਢੋਲੀ ਪਹਿਲਾਂ ਬੀਬੀ ਕੇ ਆਲਾ, ਮੁੜ ਕੇ ਉਹ ਨਹੀਂ ਮੋੜ ਕੇ ਗਿਆ, ਹੁਣ ਹੈਪੀ ਲੈ ਜੂਗਾ, ਨਾਲੇ ਤਾਂ ਲੋਕਾਂ ਤੋਂ ਚੀਜ਼ਾਂ ਤੜਾਈ ਜਾ। ਮੁੜ ਕੇ ਕਹਿੰਦੀ ਮੇਰਾ 4000 ਲੱਗ ਗਿਆ, 5000 ਲੱਗ ਗਿਆ, ਬਾਕੀ ਖਰਚੇ ਤੈਨੂੰ ਪਤਾ ਮਹਿੰਗਾਈ ਕਿੰਨੀ ਆ, ਸਾਰੀ ਮਹਿੰਗਾਈ ਨੇ ਘੇਰ ਰੱਖਿਆ ਆਪਾਂ ਤਾਂ। ਉਹ ਆਪਾਂ ਨੂੰ ਕੀ, ਕੱਲਿਆਂ ਨੂੰ ਘੇਰਿਆ ਹੋਇਆ, ਹੁਣ ਮਹਿੰਗਾਈ ਇੰਨੀ ਆ, ਸਾਰੀ ਦੁਨੀਆ ਨੂੰ ਘੇਰਿਆ ਹੋਇਆ ਉਹਨੇ, ਆਪਾਂ ਕਿਹੜਾ ਕੋਈ ਨਵੇਂ ਆ ਵੀ ਜ਼ਿਆਦਾ ਮਹਿੰਗਾਈ ਦੀ ਮਾਰ ਪੈ ਗਈ, ਇਹ ਤਾਂ ਦੁਨੀਆ ਦੇ ਨਾਲ ਚੱਲਣਾ ਹੀ ਪਊਗਾ। ਬਾਕੀ ਸੱਚ ਇੱਕ ਗੱਲ ਹੋਰ, ਮੈਂ ਹੈਪੀ ਨੂੰ ਜ਼ਮੀਨ ਦਾ ਕਿਹਾ ਸੀ ਵੀ ਠੇਕੇ ਤੇ ਦਵਾ ਦੇ ਕੋਈ ਸਸਤੀ ਜੀ। ਅੱਛਾ, ਉਹ ਕਹਿੰਦਾ ਮੈਂ, ਮੇਰੇ ਯਾਰ ਦੋਸਤ ਬਥੇਰੇ ਆ, ਮੈਂ ਇੱਕ ਅੱਧੇ ਦਿਨ 'ਚ ਦੱਸ ਦਿੰਦਾ, ਕਹਿੰਦਾ ਚਾਹੇ ਪਛੇਤੀ ਲਾ ਲਈ ਕਣਕ ਬੀਜ ਲਈ। ਮੈਂ ਕਿਹਾ ਚੱਲ ਇਹ ਤਾਂ ਤੇਰਾ ਠੀਕ ਆ, ਉਹ ਤਾਂ ਬੰਦਾ ਵਧੀਆ। ਤੂੰ ਮੇਰੀ ਗੱਲ ਸੁਣ, ਹਾਂ ਗੁਰਬਚਨ ਕਿਹੜੇ ਵੇਲੇ ਢੋਲੀ ਲੈ ਗਿਆ? ਮੈਂ ਤਾਂ ਘਰੇ ਹੈ ਨਹੀਂ ਸੀ, ਜਵਾਬ ਦੇ ਦਿਆ ਕਰਨਾ ਹੈ, ਮੈਂ ਮੈਥੋਂ ਪੁੱਛ ਕੇ ਲੈ ਗਿਆ ਕਰ ਜਾਇਆ ਕਰਨ ਚੀਜ਼। ਅੱਕ ਤੇਰਾ ਤਾਂ ਨਾਂ ਲੈ ਕੇ ਗਿਆ ਸੀ, ਤੈਨੂੰ ਨਹੀਂ ਪਤਾ 15-20 ਦਿਨ ਹੋ ਗਏ, ਉਹ ਕਹਿੰਦਾ ਅਸੀਂ ਤਾਂ ਭਾਵੇਂ ਸਪਰੇਅ ਕਰਨੀ ਆ, ਕਹਿੰਦਾ ਦੇ ਦੋ, ਕਹਿੰਦਾ ਮੈਂ ਪੁੱਛ ਕੇ ਆਇਆ ਬਾਈ ਨੂੰ ਖੇਤੋਂ, ਬੰਟੂ ਨੂੰ, ਕਹਿੰਦਾ ਫੇਰ ਹੀ ਮੈਂ ਇੱਧਰ ਆਇਆ, ਮੈਨੂੰ ਕੀ ਪਤਾ ਤੂੰ ਸੱਤ 'ਚ ਬੈਠਾ ਸੀ ਕਿ ਖੇਤ ਬੈਠਾ ਸੀ, ਕਿੱਥੋਂ ਪੁੱਛ ਕੇ ਆਇਆ ਅਗਲਾ ਜੀ ਤੇਰਾ ਨਾਂ ਲੈ ਤਾ। ਫਿਰ ਜੇ ਮੈਂ ਮੂਹਰੋਂ ਜਵਾਬ ਦਿੰਦੀ ਸੀ ਅਗਲਾ, ਕਹਿੰਦਾ ਜਨਾਨੀਆਂ ਆਪ ਬਾਹਰੀਆਂ ਹੋਈਆਂ ਪਈਆਂ, ਨਾ ਮੈਂ ਜਵਾਬ ਦੇਣ ਜੋਗੀ। ਮੈਂ ਕੋਈ ਨਾ ਬਾਈ ਲੈ ਜਾਓ, ਮੁੜ ਕੇ ਅਗਲਾ ਚੀਜ਼ ਮੋੜਤਾ ਜਾਵੇ, 15-20 ਦਿਨਾਂ ਦੀ ਗੱਲ ਆ, ਤੂੰ ਉਹਨੂੰ ਫੋਨ ਕਰਕੇ ਕਹਿ। ਉਹ ਚੱਲ ਕੋਈ ਨਾ, ਆਏ ਹੁਣ ਫੋਨ ਕਰਕੇ ਕੀ ਆ, ਮੋੜ ਜੂਗਾ, ਐਡੀ ਵੀ ਕੋਈ ਗੱਲ ਨਹੀਂ। ਬਸ ਥੋੜਾ ਜਿਹਾ ਧਿਆਨ ਰੱਖਿਆ ਕਰ, ਜੇ ਕੋਈ ਚੀਜ਼ ਲੈ ਕੇ ਜਾਂਦਾ ਹੁੰਦਾ ਦੱਸ ਦਿਆ ਕਰ ਮੈਨੂੰ। ਅੱਗੇ ਧਿਆਨ ਰੱਖਿਆ ਕਰ, ਜੱਟ ਸੰਦਾਂ ਨਾਲ ਹੀ ਆ, ਜਦੋਂ ਸੰਦ ਨਹੀਂ ਰਹੇ ਫੇਰ ਆਪਾਂ ਕੀ ਕਰਾਂਗੇ, ਮਸਾਂ ਬਣਦੇ ਆ ਨਾਲੇ। ਅੱਜ ਕੱਲ ਤਾਂ ਕਹਿੰਦੇ ਹੁੰਦੇ ਆ ਨਾ, ਮਗਰ ਇੱਕ ਮੁੰਡਾ ਆਪਣੇ ਜੇ ਰਸਤਾ ਹੋਇਆ ਤਾਂ ਸੌ ਕੁਝ ਪੁੱਛਣਗੇ, ਟਰਾਲੀ ਆਪਦੀ, ਟਰੈਕਟਰ ਆਪਦਾ, ਹਾਲ ਆਪਦੇ ਆ, ਕੋਈ ਚੀਜ਼ ਬਣਾਈ ਆ, ਸੌ ਕੁਝ।
खेत ही जाऊंगा और साथ च जाऊंगा मैं। चल बाकी तेरी भाई इच्छा है ना, चीजा तू ही बनाउणियां तोड़नियां भी तू आ। बाकी बेबे बापू बेचारे किन्ना चिर बैठे भी, ओ अगे तगे लैणगे खर्चे दे। बापू ने तो कुछ कहना नहीं तेनू, जे हैप्पी नू ढोली देगा तो कहे नहीं स्प्रे करके नाल दी ना फड़ा जाओ भाई। ओ कहता कहता लै भी गया हो, तेरा नहीं लैक्चर बंद है हुंदा 24 घंटे चबर चबर बोली जाऊगी। ਲੈ ਮਾਂ ਭਾਂਡੇ ਮਾਂਜਣ ਲੱਗੀ ਸੀ ਤੂੰ? ਹਾਂ ਮਾਂ ਇੱਥੇ ਭਾਂਡੇ ਤਾਂ ਮੈਂ ਕਾਹਨੂੰ ਮੱਥਾ ਮਾਰਦੀ ਹੁੰਨੀ ਆ। ਮੈਂ ਉਧਰ ਬੰਟੂ ਨੂੰ ਚਾਹ ਫੜਾ ਕੇ ਨਾ ਆ ਹੁਣ ਭਾਂਡੇ ਮਾਂਜ ਲੈਂਦੀ, ਤੂੰ ਬਹਿ ਜਾਂਦੀ ਬਿੰਦ ਝੱਟ ਫਿਰ ਬਿਮਾਰ ਹੋ ਜਾਂਦੀ। ਕੋਈ ਨਹੀਂ ਮੈਂ ਬੈਠੀ ਉੱਠੀ ਸੀ, ਮੈਨੂੰ ਸੁਣੀ ਜਾਂਦੀ ਸੀ ਤੁਹਾਡੀ ਲੜਾਈ। ਐਂ ਨਾ ਕਿਸੇ ਵੇਲੇ ਜਰਾਂਦ ਵੀ ਰੱਖ ਲਿਆ ਕਰੋ, ਸਾਰਾ ਦਿਨ ਮੈਨੂੰ ਲੜਦੇ ਹੀ ਸੁਣੀ ਜਾਂਦੇ ਹੋ। ਕੋਈ ਨਹੀਂ ਬਾਲਾ ਨਾ ਕਿਹਾ ਕਰ, ਤੂੰ ਤਾਂ ਮੈਨੀਆਂ ਮੱਤਾ ਤਾਂ ਮੈਂ ਨਹੀਂ ਦਿੰਦੀ ਜਿੰਨੀਆਂ ਨਾ ਮੈਂ ਮਾਂ ਆਏਗੀ ਜਿੰਨੀਆਂ ਤੂੰ ਉਹਦੇ ਲੈਕਚਰ ਕੰਨ ਕੋਲੇ ਦੇਈ ਜਾਂਦੀ ਸੀ। ਕੋਈ ਨਹੀਂ ਕਰ ਲੂਗਾ ਕੰਮ, ਐਂ ਤਾਂ ਉਹਨੂੰ ਹੈਗੀ ਆ ਸੋਚ, ਜਦੋਂ ਹੁਣ ਮਿਲਦੀ ਨਹੀਂ ਕੋਈ ਬਾਹਣ ਉਹ ਦੱਸ ਕੀ ਕਰੇ। ਨਹੀਂ ਮਾਂ ਮੈਂ ਆਏ ਨਹੀਂ ਕਹਿੰਦੀ ਸੀ ਉਹਨੂੰ ਬਾਹਣ ਬਾਰੇ, ਮੈਂ ਤਾਂ ਉਹਨੂੰ ਊਂ ਸਮਝਾਉਂਦੀ ਸੀ। ਇੱਕ ਤਾਂ ਦੇਖ ਮਸਾਂ ਸੰਦ ਸਿਹੜੇ ਬਣਾਉਂਦਾ, ਮੁੜ ਕੇ ਕਹਿੰਦਾ ਵੀ ਪੈਸੇ ਹੈ ਨਹੀਂ, ਆ ਫਲਾਨੀ ਚੀਜ਼ ਟੁੱਟ ਗਈ, ਉਹਦੀ ਪੈਪ ਟੁੱਟ ਗਈ, ਉਹਦੀ ਐਂ ਹੋ ਗਈ। ਇੱਕ ਤਾਂ ਉਹ ਗਰਵਾਚਨ ਲੈ ਕੇ ਗਿਆ ਸੀ ਢੋਲੀ, ਉਹ ਨਹੀਂ ਮੁੜ ਕੇ ਗਿਆ, ਅੱਜ ਹੈਪੀ ਲੈ ਗਿਆ, ਮੁੜ ਕੇ ਹੁਣ ਇਹਨੇ ਚੀਜ਼ ਮੋੜਨੀ, ਮੁੜ ਕੇ ਆਪ ਨੂੰ ਤਰਸੀ ਜਾਂਦਾ ਰਹਿੰਦਾ, ਫਿਰ ਮੰਗਣ ਤੁਰ ਜਾਂਦਾ ਜਿਵੇਂ ਕਿਤੇ ਉਹਨਾਂ ਦੀ ਚੀਜ਼ ਹੁੰਦੀ ਆ। ਮੈਂ ਕਿਹਾ ਪਹਿਲੇ ਅਗਲੇ ਨੂੰ ਕਹਿ ਦਿਆ ਕਰ ਚੀਜ਼ ਲੈ ਜਾ ਕਰੋ ਵੀ ਭਾਈ ਫੜਾ ਦਿਆ ਕਰੋ, ਮੈਂ ਤਾਂ ਇਹੋ ਜਿਹਾ ਕੁਛ ਕਹਿੰਦੀ ਸੀ। ਬਾਕੀ ਆਪਣਾ ਐਂ ਸਮਝਾਉਂਦੀ ਸੀ ਵੀ ਡਿਜ਼ਾਇਰ ਤੇ ਆਪਣਾ ਛੋਟਾ ਜਵਾਕ ਹੁਣ ਪੜ੍ਹੀ ਜਾਂਦੇ ਆ, ਉਦੋਂ ਬਾਅਦ ਚ ਕਿੰਨਾ ਕੁ ਚਿਹਰਾ ਮੁੜ ਕੇ ਭਾਈ ਉਹਨਾਂ ਦੇ ਵਿਆਹਾਂ ਆਗੇ ਵੀ 4 ਪੈਸੇ ਜੋੜਾਂਗੇ, ਜੇ ਹੁਣ ਜੋੜਾਂਗੇ ਤਾਂ ਖਰਚੇ ਕਰਾਂਗੇ, ਆਹੀ ਜੋੜਨ ਦੀ ਉਮਰ। ਪੁੱਤ ਮੈਨੂੰ ਪਤਾ ਐਂ ਤਾਂ ਹੁਣ ਆਪਣੀਆਂ ਚੀਜ਼ਾਂ ਬਣਾਈਆਂ ਦਾ ਦਰਬ ਵੀ ਆਉਂਦਾ ਹੈਗਾ, ਪੈਸੇ ਵੀ ਚਾਹੀਦੇ ਆ, ਕਬੀਲਦਾਰੀ ਵਧੀ ਜਾਂਦੀ ਆ। ਐਂ ਨੀ ਮੈਂ ਤੈਨੂੰ ਕਹਿੰਦੀ ਵੀ ਮੈਂ ਕਹਿੰਦੀ ਹੁੰਦੀ ਸਾਰਾ ਦਿਨ ਨਾ ਵੀ ਲੜਾਈ ਵੀ ਮਾੜੀ ਆ, ਕਲੇਸ਼ ਚ ਵਾਧਾ ਨੀ ਹੁੰਦਾ ਹੁੰਦਾ, ਕੋਈ ਨੀ ਲੈ ਲੂਗਾ ਵਾਹਣ। ਨਾ ਕੋਈ ਗੱਲ ਨੀ ਮਾਂ, ਆਈ ਵਾਲੀ ਆ ਕਿ ਤਾਂ ਉਹਦੇ ਵੀ ਸਾਰੇ ਨੀ ਉਹਦੇ। चल आ जा बह जा उधर, होर ठंडे पानी च मत्था मारी जाने। ਬੀਬੀ ਵਾਲੇ ਯਾਰ ਕਦੇ ਕਦੇ ਇੰਗੜਾ ਵੱਜਦਾ, ਚਾਚੇ ਤਾਇਆ ਨੂੰ ਮਿਲਣ ਵਾਸਤੇ ਵਗ ਜਾਂਦੇ ਆ। ਅੱਛਾ ਅੱਛਾ, ਹਾਂ ਊ ਤਾਂ ਤੈਨੂੰ ਪਤਾ ਫਸਲਵਾੜੀ ਹੁਣ ਸਾਰੀ ਧਰੀ ਇੱਥੇ ਹਨਾ, ਕਾਹਨੂੰ ਗੇੜਾ ਲੱਗਦਾ। ਉਹ ਭਰਾਵਾ ਮੈਂ ਤਾਂ ਐਂ ਕਹਿੰਦਾ ਸੀਗਾ, ਅੱਛਾ ਉਹ ਘਰੋਂ ਨਾ ਅੱਜ ਪਤਾ ਲੱਗਿਆ ਵੀ ਤੂੰ ਢੋਲੀ ਲੈ ਕੇ ਆਹੀ, ਮੁੜ ਕੇ ਮੋੜੀ ਨੀ ਹੈਗੀ। ਉਹ ਘਰੋਂ ਵੀ ਮੈਨੂੰ ਬੋਲਣ ਲੱਗ ਗਏ, ਕਹਿੰਦੇ 15 ਦਿਨ ਹੋ ਗਏ। ਮੈਂ ਚੱਲ ਪੁੱਛ ਲੈਣਾ ਜਾਂਦਾ, ਤੂੰ ਦਿਸ ਗਿਆ ਮੈਨੂੰ। ਢੋਲੀ ਦਾ ਯਾਰ ਮੋਟਰ ਦੀ ਪਈ ਆ ਬਾਈ, ਮੈਂ ਫੜਾਉਣ ਦੀ ਘੋਲ ਕਰ ਗਿਆ। ਕੋਈ ਗੱਲ ਨੀ ਮੈਂ ਫੜਾ ਦੂੰਗਾ, ਤੇ ਬਾਕੀ ਸਾਰੇ ਤੇਰੇ ਕੋਲ 1.5 ਕਿੱਲਾ ਤਾਂ ਜ਼ਮੀਨ ਦਾ, ਤੂੰ ਢੋਲੀ ਕੀ ਕਰਨੀ ਹੈ? ਉਹ ਮੇਰੀ ਗੱਲ ਸੁਣ ਲੈ ਭਰਾਵਾ, ਚਾਹੇ ਮੇਰੇ ਕੋਲ 1.5 ਕਿੱਲਾ ਚਾਹੇ ਕਨਾਲ, ਚੀਜ਼ ਤਾਂ ਆਪਦੀ ਮੰਗਣੀ ਹੁੰਦੀ ਆ। ਫਿਰ ਉਹੀ ਗੱਲ ਤੂੰ ਤਾਂ ਝੇਡਾ ਕਰਨ ਲੱਗ ਗਿਆ, ਨਾਲੇ ਰਹੀ ਗੱਲ ਜ਼ਮੀਨ ਤਾਂ ਮੈਂ 1 ਅੱਧੇ ਦਿਨ ਚ ਮੈਨੂੰ ਮਿਲ ਜਾਣੀ ਆ, ਬੰਦੇ ਨਾਲ ਗੱਲ ਕੀਤੀ ਆ। ਬੰਟੂ ਮੈਂ ਤੈਨੂੰ ਝੇਡਾ ਨਹੀਂ ਕਰਦਾ, ਪਛੇਤਾ ਬੀਜੇਗਾ ਕੀ? ਉਹ ਮੇਰੀ ਗੱਲ ਸੁਣ ਲਾ, ਪਛੇਤੇ ਦਾ ਤਾਂ ਮੈਨੂੰ ਵੀ ਪਤਾ, ਦੇਖ ਕਿੱਲਾ 1.5 ਕਿੱਲੇ ਚ ਕਣਕ ਤਾਂ ਮੈਂ ਖਾਣ ਜੋਗੀ ਬੀਜੀ ਬੈਠਾ। ਰਹੀ ਗੱਲ ਮੈਂ ਤਾਂ ਸਰੋਂ ਬੀਜ ਦੂੰਗਾ, ਜ਼ਮੀਨ ਮਿਲੇ ਤਾਂ ਸਹੀ। ਫਸਲ ਦਾ ਤਾਂ ਤੈਨੂੰ ਫਿਕਰ ਆ, ਜ਼ਮੀਨ ਤਾਂ ਤੈਨੂੰ ਮਿਲੀ ਨੀ, ਢੋਲੀ ਫੜਾ ਜੂੰ ਬਾਈ ਤੇਰੀ ਮੈਂ ਚੱਲਦਾ। ਉਹ ਵਗ ਜਾ ਆਖੇ ਫਸਲ ਦਾ ਫਿਕਰ ਨਹੀਂ ਹੈਗਾ, ਫਸਲ ਦੇ ਫਿਕਰ ਕਰਾਂਗੇ ਫੇਰ ਹੀ ਜ਼ਮੀਨ ਮਿਲੂਗੀ, ਨਾਲੇ ਜ਼ਮੀਨ ਤਾਂ ਮਿਲ ਹੀ ਜਾਣੀ ਆ। ਕੋਈ ਗੱਲ ਨਹੀਂ, ਤੇਰੇ ਨਾਲ ਵੀ ਕਰੂੰਗਾ ਗੱਲ, ਪਹਿਲਾਂ ਜ਼ਮੀਨ ਜੀ ਮਿਲ ਜਾਣ ਦੇ। ਯਾਰ ਸਰੋਂ ਨੂੰ ਤਾਂ ਕੋਈ ਪਾਣੀ ਦੀ ਲੋੜ ਨਹੀਂ, ਕਣਕ ਨੂੰ 2 ਪਾਣੀ ਲੱਗਣਗੇ, 1 ਅੱਜ ਪਾਣੀ ਲੱਗ ਜੂ, ਸ਼ਾਮ ਤੱਕ ਕਰਾ ਦੂ, 1-15 ਦਿਨਾਂ ਨੂੰ ਫੇਰ ਲਾ ਦਈਏ ਪਾਣੀ। ਉਹ ਤਾਰੀਖ ਕਿਵੇਂ ਆ? ਠੀਕ ਆ ਬਾਈ, ਤੂੰ ਕਿੱਧਰ ਫੋਨ ਹੀ ਚੱਕਿਆ ਯਾਰ? ਮੈਂ ਤਾਂ ਖੇਤ ਆ ਗਿਆ ਤੇਰੇ ਕੋਲੇ। ਉਹ ਬਾਈ ਯਾਰ ਫੋਨ ਪਰ ਹੈਗਾ ਮੇਰਾ ਘਰੇ। ਅੱਛਾ, ਤੇ ਮੈਨੂੰ ਇਹਦਾ ਨਾ ਕਿਹਾ, ਮਖਾਵਾ ਕਣਕ ਨੂੰ ਪਾਣੀ ਸੱਦੀ ਫਿਰਦਾ। ਅੱਛਾ, ਕਣਕ ਤਾਂ ਨਵਾਈ ਜਾਣਾ। ਹਾਂ, ਮੈਂ ਚੱਲ ਸਰੋਂ ਤਾਂ ਹੁਣ ਲੋੜ ਨਹੀਂ ਪਈ, ਐਡੀ ਕਣਕ ਨੂੰ ਯਾਰ ਆਪ ਹੋ ਜਾਂਦੇ ਆ, ਔਖੇ ਹੋ ਜਾਂਦੇ ਯਾਰ ਆਪ। ਸਰੋਂ ਤਾਂ ਹੁਣ ਡਿੱਗ ਪੂ ਵੀ। ਹਾਂ ਬਾਈ, ਤੇਰਾ ਸਰੋਂ ਦਾ ਉਹ ਮੁੰਡੇ ਦਾ ਹਿੱਸੇ ਨਾ ਕੀ ਬਣਿਆ? ਉਹ ਬਾਈ ਯਾਰ ਉਹ ਤਾਂ ਛੱਡ ਕੇ ਭੱਜ ਗਿਆ ਬਤਾਲੋ, ਬੀਜੀ ਬਜਾਈ ਫਸਲ ਬਾਈ ਯਾਰ। ਅੱਛਾ, ਕਾਹਦੇ ਵਾਸਤੇ ਤੇ ਰਾਹ ਨਹੀਂ ਸੀ? ਰਾਹ ਉਹਨਾਂ ਮੂਰੇ ਪਲਾਂਟ ਵੇਚਤਾ। ਅੱਛਾ, ਰਾਹ ਨਹੀਂ ਹੈਗਾ ਕੋਈ, ਲਾਂਘਾ ਨਹੀਂ ਬਾਈ, ਅਗਲਾ ਕਿੱਥੋਂ ਦੀ ਹੜਮ ਬਣਗਾ, ਉਹ ਕੀ ਕਰੂਗਾ ਯਾਰ? ਮੇਰੀ ਗੱਲ ਸੁਣ, ਮੈਂ ਜੇ ਤੇਰਾ ਬਾਣੀ ਠਿੱਕ ਤੇ ਪਾਣਾ ਬੰਟੂ ਨੂੰ ਬਾਈ, ਗੱਲ ਮੇਰੀ ਗੱਲ ਸੁਣ ਪਹਿਲਾਂ ਬਾਈ, ਉਹ ਸੜ ਕੇ ਬੰਟੂ ਕਿੱਥੋਂ ਦੀ ਕੀ ਜਾਣਦਾ ਬਾਈ, ਕਿਉਂ ਕਿਸੇ ਨੂੰ ਡਾਈ ਜਾਂਦੇ ਉਹਨਾਂ, ਆਪ ਤਾਂ ਮੈਂ ਔਖਾ ਹੋਈ ਜਾਂਦਾ। ਤੂੰ ਪੈਸਿਆਂ ਤੱਕ ਮਤ ਰੱਖ, ਠੀਕ ਹੈ? ਤੇਰਾ ਬਾਣ ਲੱਗਦਾ ਜੇ ਤੈਨੂੰ ਮੈਂ ਚੁਣ ਲਵਾ ਦੂੰ, ਤੂੰ ਕਿਸੇ ਤੋਂ ਕੀ ਲੈਣਾ, ਕਿਤੋਂ ਦੀ ਨਘਾਵੇ ਵਾਲਾ, ਕਿਤੋਂ ਦੀ ਬਾੜੇ ਵਾਲਾ, ਆਪੇ ਲੈ ਕੇ ਜਾਵੇ ਸਰੋਂ ਨਾ ਲੈ ਕੇ ਜਾਵੇ, ਤੇਰੀ ਸਿਰਦਾ ਦੀ ਮੱਗੀ ਤੈਨੂੰ ਰੁਪਈਏ ਦਵਾਰ ਨਾ। ਉਹ ਤਾਂ ਹੈਪੀ ਦੇਖ ਤੇਰੀ ਮਰਜ਼ੀ ਰਹਿ ਗਈ ਬਾਈ, ਪਰ ਮੈਂ ਤਾਂ ਹੁਣ ਆਪ ਵਾਹਣ ਮੇਰਾ ਵਾਹਣ ਮੈਂ ਤਾਂ ਔਖਾ ਹੋ ਰਿਹਾ, ਠੀਕ ਹੈ? ਵੱਧ ਕਰ ਲਾ 2 ਪੈਸੇ ਵੀ ਬਣ ਕੇ, ਮੈਂ ਵੀ ਹੁਣ ਤੈਨੂੰ ਪਤਾ ਵੀ ਸਾਰਾ ਹੁਣ ਬੀਜੀ ਬੈਠਾ, ਉਹ ਵੀ ਹੁਣ ਕੁਛ ਮਤਲਬ ਮੰਗੂ ਜੀ ਨੇ ਬੀਜਿਆ, 30,000 ਰੁਪਇਆ ਤੇਰਾ, 5,000 ਰੁਪਇਆ ਮੇਰਾ,
माड़ी गल यार चलो आया फिर आप मर्जी आप लेना सिरदर्दी चाहे जो ठाके सिरदर्दी बी फिर आप कर सकते जो आई गया चार पैसे बच्चे वेले होंगे वेले रहेंगे मौजूद औखे हो जाए तो कि रात को कणक कमाऊगा और मत्था मारूगा लोधी भी ठीक सी क्या फिर तू वढ़ के ले जाएगा तो अपने को ठेके ही आगे जो अपने की जोड़ा आप जो मर्जी वे कुछ करे अपना तो पैसे ले लेने दौड़ी चलो बन गई गल फिर लाने अपने पगे शगे फिर तुम्हें किसी वाह ठेके लग ही जाना अपना ठीक है जाके दें खुशखबरी घर भी अपना मन भाग बने ठेके से लग गया आप करा मां ते हां की कहना है किधर गई हुई थी तू मैं था ना ओना तेरे ताई के पोता होया तेरे ताई दे लीलू के अच्छा निम बनण गईया सी चल ओ तो ठीक है मेनू दसया दुसे नहीं हैगा दस उन्हां ने फोन करके तू ओ घर नहीं सो मेनू ना पहले फोन मिलाई गए अपना आपा चक्या ना तुरती मुंडा सदन आ गया चल ठीक है मैं ता ए कहंदा सी भी मेरे नाल मानसा चल पैसे कढ़ा के लोणे बैंक चो की करने है पैसे वाहन मिल गया तो ठेका भरना की भाव ले लिया भा तो बड़ा सस्ता मिल गया 35,000 नु किला मिले मारू होगा 35,000 नु तेनु किला केड़ा दे दूगा ओ मेरी गल सुन ला मारू नहीं हैगा ओ जदा फसल भी बीजी हुई आ गाहा जे बरमे नाल पानी लगदा होया ना चार ता बंदे चाहिदे बारी वाले दिन ओ ता ठीक है इन्ना नहीं मैं पुछा हैप्पी दबाउंदा अपने वाला ते मेरी गल सुनो कहंदा देख ला फसल भी बीजी हुई है कहंदा हुण बीजेगा पछेता कुछ होना नहीं हैगा नाले कहंदा इन्ना सस्ता रेट है कहंदा मैं ता ए कहना भी निकलदा कोई होर ना ले ले ठेके ते बाकी सिरे मैं तैनू ए दसदी आ जेड़ा फसल वाला वाहन सीधा चौला वाला हुंदा ना कणक वाला 50 तो 60 तो घट तो मिलदा नहीं पहली गल मारू वाहन 30 नु 35 नु लगदा हुंदा है अच्छा मां नु ता पता जी नहीं तैनू पता ए गल्लां दा किते जेड़े दो पैसे हैगे आ ओ भी डोब के रखने इथे चाकी जाएगी उथे शेर फसल ना होवे ओ मेरी गल सुन ला हुण हैप्पी झूठ थोड़ी मारूगा ਉਹ ਕਹਿੰਦਾ ਦੱਸ ਬੰਦੇ ਦੇ ਸਿਰ ਜਿੱਡੀ ਤਾਂ ਸਰੋਂ ਖੜੀ ਹੈ ਕਹਿੰਦਾ ਤੇਰੇ ਕੱਦ ਜਿੱਡੀ ਪਰ ਐ ਝੂਠ ਥੋੜੀ ਮਾਰੀ ਜਾਊਗਾ ਅਗੜਾ ਮਾਰੂ ਵਾਹਨ ਚ ਸਰੋਂ ਤਾਂ ਜ਼ਰੂਰ ਹੁੰਦੀ ਹੈ ਮੈਂ ਤੇਰੀ ਮੰਨਦੀ ਆ ਇਹ ਗੱਲ ਤਾਂ ਤੂੰ ਸਿਆਣੀ ਕਰੀ ਐ ਹੈਪੀ ਨੇ ਵੀ ਸਿਆਣੀ ਕਰੀ ਐ ਗਾਹਾਂ ਇਹ ਮਾਰੂ ਚ ਕਣਕ ਨਹੀਂ ਹੁੰਦੀ ਉਹ ਫਿਰ ਕਣਕ ਨਾ ਹੋਵੇ ਸਰੋਂ ਹੋ ਗਈ ਇੰਨਾ ਹੀ ਬਹੁਤ ਹੈ ਬਾਕੀ ਮੇਰੀ ਗੱਲ ਸੁਣ ਲਾ ਹੈਪੀ ਨੇ ਮੈਨੂੰ ਐ ਕਿਹਾ ਸੀ ਪਹਿਲਾਂ ਫਸਲ ਦੇਖ ਕੇ ਆਇਆ ਉਹੀ ਗੱਲ ਮੈਂ ਦੱਸਣ ਲੱਗਿਆ ਤੈਨੂੰ ਉਹ ਕਹਿੰਦਾ ਜੀ ਫਸਲ ਦੇਖਣੀ ਆ ਫਸਲ ਦੇਖਿਆ ਮੈਂ ਐ ਕਹਿੰਦਾ ਸੀ ਆਪਾਂ ਪੈਸੇ ਕਢਾ ਲਿਓਨੇ ਜਾ ਕੇ ਉਸ ਤੋਂ ਬਾਅਦ ਨਾਲੇ ਮੈਂ ਫਸਲ ਦੇਖਾਂਗਾ ਨਾਲੇ ਉੱਥੇ ਗੱਲ ਕਰਕੇ ਸਾਰਾ ਲਿਖਤ ਪੜਤ ਕਰ ਲਾਂਗੇ ਚੱਲ ਸਰੋਂ ਤਾਂ ਮਾਰੂ ਵਾਹਣ ਚ ਹੁੰਦੀ ਹੁੰਦੀ ਆ ਛੋਲੇ ਤੇ ਸਰੋਂ ਤਾਂ ਮਾਰੂ ਚ ਹੀ ਹੁੰਦੇ ਹੁੰਦੇ ਆ ਆਪਣਾ ਠੇਕਾ ਤਾਂ ਮੋੜ ਦੂ ਜੇ ਸਰੋਂ ਚੰਗੀ ਆ ਹਾਂ ਐ ਤਾਂ ਉਹ ਕਹਿੰਦਾ ਕਣਕ ਵੀ ਵਧੀਆ ਖੜੀ ਆ ਬਾਕੀ ਕੋਈ ਨਾ ਮੈਂ ਗੇੜਾ ਮਾਰ ਆਉਂਗਾ ਦੇਖ ਲੈਣਾ ਮੈਨੂੰ ਆਇਆ ਮੌਕਾ ਹੱਥੋਂ ਨਾ ਲੰਘ ਜੇ ਮੁੜ ਕੇ ਕੋਈ ਹੋਰ ਲੈ ਜੇ ਫੇਰ ਝਾਕੀ ਜਾਵਾਂਗੇ ਚੱਲ ਕਢਾ ਲਿਆਉਨੇ ਆ ਪੈਸੇ ਤਾਂ ਹੋਰ ਮੇਰੀ ਗੱਲ ਸੁਣ ਲੈ ਮੈਂ ਨਾ ਰੋਟੀ ਰੋਟੀ ਖਾ ਲਾ ਫਿਰ ਆਪਾਂ ਚੱਲਦੇ ਆ ਮਾਨਸਾ ਚੰਗਾ ਹਾਂ ਤੜਕੇ ਰੋਟੀ ਨਹੀਂ ਖਾਦੀ ਤੂੰ ਖਾ ਰੋਟੀ ਫਿਰ ਖਾਣਾ ਖਾਣਾ ਮੈਂ ਜਾ ਕੇ ਹੋਰ ਚੱਲਦੇ ਆ ਪਾਣੀ ਜੀ ਗਰਮ ਕਰਦੀ ਮੈਂ ਤਾਂ ਥੋੜਾ ਜਿਹਾ ਕੀ ਕਰੀ ਨੇ ਗਗਣ ਕੀ ਕਰਦੀ ਮੈਂ ਤਾਂ ਪਾਣੀ ਗਰਮ ਧਰਿਆ ਥੋੜਾ ਜਿਹਾ ਉਹ ਮੈਨੂੰ ਨਾ ਰੋਟੀ ਦੇ ਜਲਦੀ ਪਾ ਕੇ ਮੈਨੂੰ ਕਾਲੀ ਹੈ ਕੰਮ ਮੈਂ ਮਾਨਸਾ ਜਾਣਾ ਮਾਂ ਨਾਲ ਲੈ ਘਰੇ ਆਇਆ ਨਹੀਂ ਅਕੇ ਭੱਜਣਾ ਪਹਿਲਾਂ ਗਉਂ ਅੱਗ ਜੀ ਮਚਾਈ ਰੱਖ ਦੋ ਨਾ ਕੀ ਕੰਮ ਆ ਮੈਨੂੰ ਕੰਮ ਤਾਂ ਦੱਸ ਦੇ ਮਾਂ ਤੈਨੂੰ ਆ ਕੇ ਦੱਸਾਂਗੇ ਨਹੀਂ ਨਾ ਸਬਜ਼ੀ ਮੈਂ ਤਾਂ ਆਪ ਹੀ ਚੱਕ ਲੈਣਾ ਤੈਨੂੰ ਤਾਂ ਗੱਲਾਂ ਨਹੀਂ ਲੱਗਦੀਆਂ ਐ ਤਾਂ ਨਹੀਂ ਹੈ ਕਿ ਬੰਦਾ ਆ ਉਹਨੂੰ ਰੋਟੀ ਪੜਾਣਾ ਵੀ ਕੋਈ 100 ਕੰਮ ਹੁੰਦੇ ਆ ਜ਼ਰੂਰੀ ਲੈ ਕਿੰਨਾ ਹੱਫੜ ਦਫੜੀ ਪਿਆ ਫਿਰਦਾ ਕੱਲੇ ਕੱਲਾ ਵੀ ਮੈਂ ਕਿਹੜਾ ਤੈਨੂੰ ਆਏ ਕਹਿੰਦੀ ਸੀ ਵੀ ਰੋਟੀ ਨਹੀਂ ਪੜਾਉਂਦੀ ਸਬਜ਼ੀ ਆ ਮੈਂ ਤੇਰੇ ਵਾਸਤੇ ਪਾ ਕੇ ਰੱਖੀ ਸੀ ਜਿਹੜੀ ਤੂੰ ਚੱਕ ਕੇ ਲੈ ਗਿਆ ਮੈਂ ਤਾਂ ਉਹ ਪੁੱਛ ਲਿਆ ਮਾਂ ਕੀ ਕੰਮ ਪਤਾ ਨਹੀਂ ਇਹ ਜਿਹਾ ਕੀ ਕੰਮ ਚਲ ਮਾਂ ਨੂੰ ਪੁੱਛਦੀ ਆ ਨਾਲੇ ਉਹਨੂੰ ਦਵਾਈ ਨੂੰ ਪਾਣੀ ਲੈ ਜਾਂਦੇ ਨਾਲੇ ਉਹਨੂੰ ਪੁੱਛਦੀ ਆ ਮਾਂ ਕੀ ਗੱਲ ਹੋ ਗਈ ਇਹ ਜੀ ਜਿਹੜਾ ਮੰਟੂ ਇੱਕੋ ਦਮ ਆਇਆ ਤੁਰਨ ਨਾ ਠੰਡੀ ਤੱਤੀ ਆਈ ਰੋਟੀ ਖਾਣ ਲੱਗ ਗਿਆ ਠੀਕ ਆ ਮੰਟੂ ਦੇਖ ਲਈ ਫਸਲ ਤਾਂ ਬਥੇਰੀ ਵੱਡੀ ਆ ਸਰੋਂ ਹੁਣ ਬਹੁਤ ਫਸਲ ਤਾਂ ਸਰੋਂ ਦਾ ਕੱਦ ਤਾਂ ਮੈਥੋਂ ਵੀ ਵੱਡਾ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈਗੀ ਹਾਂਜੀ ਬਈ ਇਹ ਜੀ ਕੀ ਗੱਲ ਹੋ ਗਈ ਫਸਲ ਵੀ ਐਡੀ ਸੋਹਣੀ ਖੜੀ ਹੈ ਬਾਈ ਫਸਲ ਵੀ ਖੜੀ ਹੈ ਤਾਂ ਦੇਖ ਲਈ ਗੜਬੜ ਵੀ ਕੋਈ ਨਹੀਂ ਮੇਰਾ ਆ ਗਿਆ ਬੀਜਾ ਅੱਛਾ ਅੱਛਾ ਮੇਰੀ ਪੋਤੀ ਨੇ ਲਵਾਤਾ ਮੈਂ ਤਾਂ ਬਾਹਰ ਕੈਨੇਡਾ ਚ ਜਾਣਾ ਯਾਰ ਯਾਰ ਮੰਟੂ ਤੈਨੂੰ ਮੇਰੇ ਤੇ ਯਕੀਨ ਨਹੀਂ ਇਹਦਾ ਬੀਜਾ ਆ ਗਿਆ ਨਾ ਤੇ ਬਾਹਰ ਜਾਣਾ ਯਾਰ ਹੋਰ ਤਾਂ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਲੈ ਤੂੰ ਤਾਂ ਭਰਾ ਹੈ ਮੇਰਾ ਤੇਰੇ ਤੇ ਨਾ ਯਕੀਨ ਹੋਊਗਾ ਯਾਰ ਬਈ ਠੱਗੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਯਾਰ ਅੱਛਾ ਅੱਛਾ ਹਾਂ ਚੱਲ ਫਿਰ ਮੈਂ ਵੀ ਕਹਿੰਦਾ ਸੀ ਆ ਗਿਆ ਮੇਰੇ ਕੋਲੇ ਕਹਿੰਦਾ ਯਾਰ ਤੇਰਾ ਵਾਹਨ ਦਵਾ ਦੇਣਾ ਮੈਂ ਤਾਂ ਜਾਣਾ ਸੀ ਕਹਿੰਦਾ ਮੇਰਾ ਯਾਰ ਮਿੱਤਰ ਆ ਕਹਿੰਦਾ ਕੋਲੇ ਵਾਹਨ ਥੋੜਾ ਮੈਂ ਚੱਲ ਦਵਾ ਦੇ ਬਾਈ ਯਾਰ ਚੱਲ ਯਾਰ ਬਈ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਐਂ ਕਹਿੰਦਾ ਸੀਗਾ ਫਿਰ ਕਰ ਲਈਏ ਲਿਖ ਲਿਖਾ ਜਾ ਆਪਣਾ ਹਾਂ ਬਈ ਲਿਖ ਲਿਖਾ ਕਰਦਾ ਮੈਂ ਤੇ ਇਹਦੇ ਗਰਾਂ ਲਿਖ ਕੱਚੀ ਲਿਖਤ ਕਰ ਲਾ ਤੂੰ ਕੱਲ ਨੂੰ ਮੈਂ ਪ੍ਰੋਟ ਲਿਆ ਦੂੰਗਾ ਤੈਨੂੰ ਅੱਛਾ ਅੱਛਾ ਕਰ ਦੇ ਤੂੰ ਇਹਦੇ ਇਹਦਾ ਮੈਂ ਪ੍ਰੋਟ ਮਾਨਸਾ ਕੋ ਪਹਿਲੇ ਚੋਂ ਬਣਾ ਲਿਆ ਸੌਦੇ ਹੁੰਦੇ ਆ ਦੇਖੋ ਲਿਖ ਲਿਖ ਹਾਂ ਉਹ ਨਹੀਂ ਤੈਨੂੰ ਨਹੀਂ ਪਤਾ ਤਾਰੀ ਸੌਦੇ ਕਰਨੇ ਕਰ ਲਓ ਕੋਈ ਗੱਲ ਅੱਛਾ ਲਿਖੀ ਬੈਠਾ ਹਾਂ ਸਾਈਨ ਕਰ ਦੇ ਤੂੰ ਤਾਂ ਪੜਨ ਨੂੰ ਤਾਂ ਕੀ ਆ ਪੜਨਾ ਜੇ ਪੜਨਾ ਬਈ ਉਹ ਛੱਡ ਭਰਾ ਇਹ ਆਹੀ ਚੀਜ਼ਾਂ ਆ ਆਰਾਮ
ਵੀ ਜ਼ਮੀਨ ਠੇਕੇ ਤੇ 2-2.5 ਸਾਲ ਨੂੰ ਕਿਸ਼ਤ ਕਿ ਬਈ ਲਿਖੀ ਹੋਈ ਹੈ ਦੇਖ ਲੈ ਇਕੱਠੀ ਕਿਸ਼ਤ ਦੇਣੀ ਇਹਨੂੰ ਠੀਕ ਹੈ ਹਾਂ ਬਈ ਪਰ ਮੈਨੂੰ ਲੋੜ ਵੀ ਹੈ ਨਾ ਆਹ ਲੈ ਬਈ ਜਾਣਾ ਬਈ ਮੈਂ ਤੇਰੀ ਮਜ਼ਬੂਤੀ ਸਮਝਦਾ ਤਾਰੀ ਦੇਖ ਲੈ ਭਰਾਵਾ ਆਹ ਦੇਖ ਆਹ ਫੜ ਪੂਰੀ ਰਕਮ ਆ ਠੀਕ ਆ ਓਕੇ ਗਿਣਨੇ ਆ ਗਿਣ ਲਓ ਨਾ ਬਸ ਬਾਈ ਤੇ ਫਿਰ ਵਾਰੀ ਚੱਲ ਠੀਕ ਹੈ ਫਿਰ ਹੈ ਠੀਕ ਹੈ ਬਈ ਚੰਗਾ ਤੇ ਪਾਣੀ ਦੀ ਵਾਰੀ ਅੱਜ ਹੋਈ ਹੈ ਹਾਂ ਬਸ ਪਾਣੀ ਦੀ ਵਾਰੀ ਅੱਜ ਸ਼ਾਮ ਤੱਕਰ ਚੱਲ ਕੋਈ ਨਾ ਫਿਰ ਪਾਣੀ ਤਾਂ ਮੈਂ ਲਾ ਦਿੰਦਾ ਸੀ ਪਾਣੀ ਦੇ ਉੱਤੇ ਜਦੋਂ ਮੈਂ ਦੇਖ ਕੇ ਗਿਆ ਪਾਣੀ ਉੱਤੇ ਵਾਰੀ ਸੀਰੀ ਲੱਗ ਗਈ ਸੀ ਹਫਤੇ ਨੂੰ ਵਾਰੀ ਆਊਗੀ ਉੱਧਰ ਰਮਾਲੀ ਚੱਲ ਠੀਕ ਹੈ ਫਿਰ ਚੰਗਾ ਹਾਂ ਲੱਗਿਆ ਹੋਇਆ ਸਾਰਾ ਕੁਝ ਉਹ ਬਸ ਫਿਰ ਤਾਂ ਕੋਈ ਲੋੜ ਹੀ ਨਹੀਂ ਹੈਗਾ ਬਸ ਹੁਣ ਤਾਂ ਤੂੰ ਵੱਢਣੀ ਹੈ 2 ਲੱਖ ਦਾ ਤੇਰੀ 2.5 ਲੱਖ ਦਾ ਤੇਰੀ ਸਰੋਂ ਹੋ ਜੂਗੀ ਆ ਤਾਂ ਐ ਤਾਂ ਮੇਰਾ ਫਾਇਦਾ ਕਰਦਾ ਬਹੁਤ ਵਧੀਆ ਸਰੋਂ ਐ ਚੰਗਾ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਗੱਲ ਤਾਂ ਲੋਟ ਐ ਤੂੰ ਹੁਣ ਪੇ ਕਿਸ ਨੂੰ ਲਵਾਏਗਾ ਕਿਤੇ ਮੈਨੂੰ ਓ ਮੈਂ ਤਾਂ ਹੁਣ ਚੱਕ ਲਿਆ ਨਾ ਬੋਤਲ ਤੂੰ ਕਹਿ ਸਹੀ ਜਾਵਾ ਫਿਰ ਉਹ ਚੱਲ ਹੁਣ ਤਾਂ ਮੈਂ ਬਾਈ ਦਾ ਤਾਰੀ ਦਾ ਕੰਮ ਐ ਇਹਦਾ ਬਾਹਰਲਾ ਵੀ ਮੈਂ ਹੀ ਕਰੀ ਜੰਨਾ ਅੱਛਾ ਅੱਛਾ ਅਗਰ ਜਾਨਣਾ ਫਿਰ ਹੱਥ ਨੇ ਮਾਰੂ ਤੇਰੇ ਕੋਲ ਕਿਹੜਾ ਉਹ ਬੰਦਾ ਘੈਂਟ ਆ ਯਾਰ ਜ਼ਮੀਨ ਵੀ ਕਿਧਰੇ ਦੁਕਾਨਾਂ ਕਿਧਰੇ ਬਾਹਰ ਦੇ ਕੰਮ ਲਵਾਈ ਜੰਨਾ ਉਹ ਸਾਰਾ ਕੁਝ ਹੀ ਕਰਨਾ ਪੈਂਦਾ ਬਾਈ ਚੱਲ ਆ ਜਾ ਬਾਈ ਅੱਗੇ ਲੇਟ ਹੋਈ ਜਾਨਾ ਚੱਲ ਚੱਲ ਠੀਕ ਆ ਬਾਈ ਪਹੁੰਚ ਓਕੇ ਕੋਈ ਨਾ ਸ਼ਾਮ ਨੂੰ ਮਿਲਦੇ ਆ ਫਿਰ ਓਕੇ ਚੱਲ ਆ ਦਾ ਕੰਮ ਵਧੀਆ ਹੋ ਗਿਆ ਇਹਦਾ ਫਸਲ ਵੀ ਘੈਂਟ ਆ ਚੱਲ ਮੜਾ ਜਿਹਾ ਗੇੜਾ ਮਾਰ ਲਈ ਇਧਰ ਨੂੰ ਆ ਜਾ ਲੈ ਫਤੰਦਰਾ ਇਹ ਕਾਦੇ ਬਾਈ ਜੀ ਕੱਢੀ ਜਾਨਾ 5000 ਰੁਪਏ ਨੇ ਕਰੇ 30000 ਦੇ ਹਿਸਾਬ ਨਾਲ ਚੱਕ ਰੁਪਏ ਬਾਈ ਜੀ ਗਿਣਤਾ ਲੈ ਯਾਰ ਉਹ ਗਿਣਨੂੰ ਦੱਸ ਕਾ ਟ੍ਰੈਡ ਲੰਗਦਾ ਇਹ ਪਹੀ ਚ ਕੋਈ ਰਾਹ ਨਹੀਂ ਉਹ ਯਾਰ ਵੱਧ ਘਟਦਾ ਦੇਖ ਲੈ 5000 ਨਾਲ ਗਿਣਤਾ ਲੈ ਬਾਣ ਦਵਾਤਾ ਤੁਹਾਨੂੰ ਐ ਤਾਂ ਮੈਨੂੰ ਪਤਾ ਬਾਣ ਤਾਂ ਦਵਾਤਾ ਅਰੇ ਪੈਸੇ ਗੱਲਾ ਬਗਣੀ ਹੈ ਬਸ ਠੀਕ ਹੈ ਬਾਈ ਜੀ ਚੱਲ ਚੰਗਾ ਓਕੇ ਬਾਈ ਆ ਲੈ ਜਾ ਠੀਕ ਹੈ ਸ਼ਾਮ ਕੇ ਰੱਖੀ ਲੈ ਕਤਲ ਗਿਆ ਚੱਲ ਉਹ ਤਾਂ ਵਧੀਆ ਹੋ ਗਿਆ ਫਸਲ ਘੈਂਟ ਖੜੀ ਆ ਕੀ ਹਾਲ ਹੈ ਬਾਈ ਉਹ ਵਧੀਆ ਵਧੀਆ ਤੂੰ ਤਾਰੀ ਵਾਲੇ ਵਾਹਨ ਚ ਕੀ ਕਰਦਾ ਕਰਨਾ ਕੀ ਹੈ ਇਹ ਆਪਾਂ ਠੇਕੇ ਤੇ ਲੈ ਲਈ ਆ ਠੇਕੇ ਤੇ ਲੈ ਲਈ ਤਾਂ ਹੋਰ ਲੰਘਾ ਲਈ 855 ਇੱਥੋਂ ਦੀ ਕੀ ਮਤਲਬ ਹੋਇਆ ਤੇਰਾ ਯਾਰ ਮੈਂ ਗੱਲ ਨਹੀਂ ਸਮਝਿਆ ਇੱਥੋਂ ਦੀ ਪਹੀ ਨਹੀਂ ਹੈਗੀ ਉਹ ਨਹੀਂ ਨਹੀਂ ਤੈਨੂੰ ਭਲੇਖਾ ਲੱਗ ਗਿਆ ਪਹੀ ਤਾਂ ਦੇਖ ਪਤਾ ਤੇਰਾ ਉਹ ਪਹੀ ਆ ਸਾਹਮਣੇ ਨਹੀਂ ਬਾਈ ਪਹੀ ਵਾਲਾ ਕੰਮ ਪਹਿਲਾਂ ਹੀ ਸੀ ਹੁਣ ਪਹੀ ਵਾਲਾ ਕੰਮ ਨਹੀਂ ਰਿਹਾ ਇੱਥੇ ਉਹ ਨਹੀਂ ਨਹੀਂ ਭਲੇਖਾ ਯਾਰ ਮੈਨੂੰ ਹੈਪੀ ਨੇ ਦੱਸਿਆ ਵੀ ਉਹ ਪਹੀ ਜਾਂਦੀ ਹੈਗਾ ਉਧਰ ਨੂੰ ਨਹੀਂ ਬਾਈ ਉਧਰ ਦੀ ਪਹੀ ਪਹਿਲਾਂ ਹੈਗੀ ਸੀ ਤੇ ਹੁਣ ਤਾਂ ਉੱਥੇ ਪਹੀ ਰੁਕ ਗਈ ਬੰਦ ਹੋ ਗਈ ਉੱਥੋਂ ਮੂਹਰੋਂ ਬੰਦ ਹੈ ਹੋ ਕਿਉਂ ਮੂਹਰੋਂ ਬੰਦ ਕਿਵੇਂ ਹੋ ਗਈ ਯਾਰ ਉਹ ਪਲਾਟ ਚੋਂ ਟੱਪਣ ਨੂੰ ਜਗ੍ਹਾ ਤਾਂ ਹੈਗੀ ਹੈ ਹੈਪੀ ਕਹਿੰਦਾ ਪਲਾਟ ਬਾਈ ਵਿਕ ਗਿਆ ਹੋ ਅੱਛਾ ਯਾਰ ਹਾਂਜੀ ਮੈਨੂੰ ਤਾਂ ਯਾਰ ਇਹ ਗੱਲ ਹੀ ਨਹੀਂ ਦੱਸੀ ਹੈਪੀ ਨੂੰ ਯਾਰ ਮੈਂ ਤਾਂ ਪੰਗਾ ਹੀ ਲੈ ਲਿਆ ਉਹ ਮੇਰੀ ਗੱਲ ਸੁਣ ਭਰਾਵਾ ਦੇਖ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਤਾਂ ਗਰੀਬ ਮਾਰ ਹੋ ਜੂਗੀ ਇਧਰੋਂ ਆ ਬਾਹਣ ਤੇਰੇ ਵਾਲੀ ਹੈ ਇਧਰੋਂ ਟੱਪਣ ਦੇ ਦੀ ਮੈਨੂੰ ਯਾਰ ਨਾ ਓਏ ਭਰਾਵਾ ਕਿਉਂ ਕੀ ਗੱਲ ਬਈ ਯਾਰ ਸਪਰੇ ਵਾਲੀ ਢੋਲੀ ਪਿੱਛੇ ਤੂੰ ਮੈਨੂੰ ਸਾਰੇ ਪਿੰਡ ਤੇ ਮੇਰਾ ਜਲੂਸ ਕੱਢਤਾ ਸੀਗਾ ਰਾਜੀ ਰਾ ਚਾਹੀਦੀ ਗੁੱਸੇ ਰਾ ਭਰਾਵਾ ਮੈਂ ਤਾਂ ਹੀ ਟੱਪਣ ਦਿੰਦਾ ਓ ਯਾਰ ਐ ਕਾਹਨੂੰ ਕਰਦਾ ਦੱਸ ਮੈਂ ਤੇਰੇ ਇੰਨੇ ਥਾਂ ਤੇ ਕੰਮ ਆਇਆ ਭੰਡਿਆ ਤਾਂ ਨਹੀਂ ਹੈਗਾ ਉਹ ਤਾਂ ਚੱਲ ਮੇਰੀ ਘਰ ਦੀ ਉਹ ਸੀ ਆਤ ਜੀ ਉਹਨੇ ਕਹਿ ਤਾ ਉਹ ਤਾਂ ਤੁਹਾਡੇ ਘਰੇ ਮੜਾ ਜਾ ਫਿਰ ਇਹ ਤਾਂ ਗੁੱਸੇ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਨਾ ਬਾਈ ਰਾਜੀ ਰਾ ਚਾਹੀਦੀ ਗੁੱਸੇ ਰਾ ਯਾਰ ਤਾਂ ਚੱਲੇ ਆ ਬੰਦਾ ਹੈ ਕਿ 9 ਤਰੀਕ ਆ ਦੱਸ ਇੰਨੇ 20 ਥਾਂ ਦੇ ਕੰਮ ਆਇਆ ਜਮਾ ਹੀ ਨਹੀਂ ਗੱਲ ਕਰਦਾ ਹੈਗਾ ਚੇਲਿਆਂ ਵਾਂਗੂ ਸਿਰ ਹਲਾ ਕੇ ਇਹ ਤੁਰਦਾ ਬਣਿਆ ਅੱਧ ਹੋ ਗਈ ਕੀ ਕਰਾਂ ਯਾਰ ਇਹ ਤਾਂ ਵਿਪਤਾ ਹੀ ਖੜੀ ਹੋ ਗਈ ਯਾਰ ਕੋਈ ਗੱਲ ਨਹੀਂ ਮਨਾ ਤਾਂ ਇਹਨੂੰ ਲਵਾਂਗੇ ਐਂ ਕਰਦਾ ਇਹਦੀ ਮਾਂ ਕੋਲ ਨਾ ਜਾਂ ਤਾਂ ਬੀਬੀ ਨੂੰ ਭੇਜਦਾ ਜਾਂ ਫਿਰ ਗਗਨ ਨੂੰ ਭੇਜਦਾ ਹੋਰ ਯਾਰ ਕੋਈ ਤਾਂ ਹਿਸਾਬ ਕਿਤਾਬ 'ਚ ਗੱਲ ਕਰਨੀ ਪਊਗੀ ਚੱਲ ਕਰਦੇ ਹਾਂ ਹੱਲ ਯਾਰ ਕੋਈ ਕਿਧਰੇ ਨਹੀਂ ਮੈਂ ਤੈਨੂੰ ਕੁਛ ਕਹਿੰਦੀ ਗਗਨ ਭੈਣੇ ਘਰੇ ਹੀ ਆ ਨਹੀਂ ਘਰੇ ਆ ਮੈਂ ਤਾਂ ਤੂੰ ਦੱਸ ਕਿਵੇਂ ਆਉਣੇ ਹੋਏ 10 ਮਿੰਟ ਸੋਣੀ ਸੀ ਦੀਪੂ ਦੀ ਨਹੀਂ ਹਾਂ ਬੇਨਤੀ ਤਾਂ ਬੋਲ ਕੇ ਹਟੇ ਆ ਸੂਟ 500 ਦੇ 2 ਦੇ ਹੀ ਜਾਂਦੇ ਲੈ ਕੇ ਆਈਏ ਆਪਾਂ ਸੂਟ ਤਾਂ ਲੈਣ ਬਾਗ ਜਾਂਦੀਆਂ ਅੜੀਏ ਨਾਲੇ ਤਾਂ ਬੰਟੂ ਹੈ ਨਹੀਂ ਘਰੇ ਨਾ ਹੈਗੀ ਆ ਮਾਂ ਚਾਚੇ ਕੇ ਗਈ ਆ ਜੇ ਦੋਨਾਂ 'ਚ ਇੱਕ ਜਣਾ ਵੀ ਆ ਜਾਏ ਨਾ ਫੇਰ ਮੈਂ ਤੇਰੇ ਨਾਲ ਚੱਲ ਵੜੂ ਫਿਰ ਤੂੰ ਐਂ ਕਰੀ ਜਦੋਂ ਆ ਗਈ ਮੈਨੂੰ ਘਰੋਂ ਬੋਲ ਮਾਰ ਲਈ ਤੇ ਘਰੋਂ ਲੈ ਜੀ ਭੁੱਲ ਨਾ ਜਾਈ ਨਹੀਂ ਨਹੀਂ ਭੁੱਲਦੀ ਦੋਨੇ ਹੀ ਚੱਲਾਂਗੇ ਤੇਰੇ ਦਿਲ 'ਚ ਤਾਂ ਐਂ ਹੁੰਦਾ ਵੀ ਕਿਤੇ ਗਗਨ ਕੱਲੀ ਨਾ ਲੈ ਆਈ ਨਾ ਨਾ ਕੱਲੀ ਨਹੀਂ ਮੈਂ ਜਾਂਦੀ ਚੱਲ ਐਂ ਕਰ ਜੇ ਬੈਠਣਾ ਤਾਂ ਆਜਾ ਚਾਹ ਪੀ ਕੇ ਬਗ ਜੀ ਉਦੋਂ ਤੇਰੇ ਚਾਹ ਪੀਂਦੇ ਪੀਂਦੇ ਆਏ ਨੀ ਪਤਾ ਆਜੇ ਬੰਟੂ ਨਾ ਮੈਨੂੰ ਘਰੇ ਕੰਮ ਆ ਮੈਂ ਕੰਮ ਕਰਦੀ ਆ ਤੂੰ ਮੈਨੂੰ ਘਰੇ ਬੋਲ ਮਾਰ ਲਈ ਚੰਗਾ ਯਾਦ ਕਰਕੇ ਮਾਰ ਲਈ ਭੁੱਲੀ ਨਾ ਕੋਈ ਨਾ ਕੋਈ ਨਾ ਮੈਂ ਤੈਨੂੰ ਬਾਜ ਮਾਰ ਲੂ ਲੈ ਆਏ ਨਹੀਂ ਬੰਦੇ ਵਾਲੇ ਕੰਮ ਆਪ ਕਰ ਲਗੇ ਹੈ ਗਾਹਾਂ ਮੈਂ ਡਿਪੂ ਤੇ ਜਾਣਾ ਸਾਰੀ ਮੈਂ ਗਰਦ ਵਾਲੀ ਹੋ ਜੂੰਗੀ ਨਹੀਂ ਗਾਂ ਨੂੰ ਜੇ ਬਿਨਾ ਉਸ ਤੋਂ ਪਾਉਣਿਆ ਫਿਰ ਬਿਮਾਰ ਨਾ ਹੋ ਜੇ ਫਿਰ ਬੋਲਣਗੇ ਨਵੀਂ ਸੂਈ ਸਿਰੀਣ ਵਾਲੀ ਤੂੜੀ ਪਾਤੀ ਓਏ ਇਹ ਤਾਂ ਮੈਂ ਕਰ ਲੂੰਗਾ ਯਾਰ ਲੈ ਹੁਣ ਤੂੰ ਆ ਗਿਆ ਜਦੋਂ ਕੰਮ ਅੱਧਾ ਨਿਬੜ ਜੇ ਨਾ ਉਦੋਂ ਕਹਿ ਦੇ ਕਰ ਮੈਂ ਕਰ ਲੂ ਬੰਦੇ ਵਾਲੇ ਕੰਮ ਤਾਂ ਆਪ ਕਰ ਲਿਆ ਕਰੋ ਓ ਯਾਰ ਕੀ ਕਰ ਲਾ ਮੇਰਾ ਤਾਂ ਨਾ ਦਿਮਾਗ ਖਰਾਬ ਹੋਇਆ ਪਿਆ ਕੀ ਹੋ ਗਿਆ ਹੁਣ ਦਿਮਾਗ ਖਰਾਬ ਹੋਣ ਨੂੰ ਹੁਣ ਆ ਗਈ ਉਹ 5 ਕਿੱਲੇ ਠੇਕੇ ਤੇ ਲੈ ਲਈ ਦੱਸ ਲੈ ਅਗਰ ਠੇਕੇ ਤੇ ਲੈ ਲੈ 5 ਕਿੱਲੇ ਤੇ ਦੁੱਖ ਵਾਲੀ ਕੀ ਗੱਲ ਉਹਦੇ ਦਾ ਤਾਂ ਫਿਰਦਾ ਸੀ ਮੈਂ ਜ਼ਮੀਨ ਲੈਣੀ ਆ ਹੋਰ ਕੋਈ ਕੰਮ ਨਹੀਂ ਕਰਨਾ ਜੇ ਹੁਣ ਜ਼ਮੀਨ ਲੈ ਲਈ ਕੰਮ ਵੱਧ ਗਿਆ ਕਿ ਮੈਨੂੰ ਦੁੱਖ ਹੋ ਗਿਆ ਤੇ ਦੁੱਖ ਵਾਲੀ ਕੀ ਗੱਲ ਉਹ ਦੁੱਖ
गल कर मेनू हैप्पी ने ए नहीं दसा भी ओनू कोई पही नहीं लगती हैगी पलाट चो टपदी है बेचता अगला नीह भरी कहना मकान पाना टप्पण दिंदे हैगे बिपता खड़ी होगी रही अपने गरबा चढ़की लगती है पैली खेत टक्कर गया सी मैनू मैं चल इनू कहने भी आप जो कोई चीज जवाब नहीं दिती है मैनू कहना ढोली मंगन वेल का कहना सारे पिंड च भंडता मैनू कहना 1000 रुपए की ढोली नहीं है कहना आपका जितों टपा टपाला भरावा कहना मेरे बाण च पैर ना धरती आकड़ के बोलिया हूं मेरा तो दिमाग ही खराब हो जाता मैं करा तो करा की दिमाग खराब कर फिर गुआंढ दा फायदा की होया जो दुख सुख सी ना खड़िया नाल आ फसल आए की केरा कढ लांगे भाई गाह नु आपा जवाब दे दांगे अगले नु ओही जे फिर हुण तां मैं लिख लिखा भी कराता पैसे भी देते सारे पैसे देते ताई तां मां कहंदी सके सस्ती मिल गई सस्ती कास नु मिल गई आ देख नवा बड मेरी गल सुन ला मेरी गल ता सुन ला मां नु एह गल ना दसी कलेस खड़ा हो जाऊगा तू जाके ना भज के चाची कोल गल करके जे कोई हल हो गया वधिया नहीं कोई ता कोई हल ता करांगे चल हल ता हुण करन नाल ही बनूगा मां नु नहीं मैं दसदी चल तू भी नाल दे मुंह कढ़दी दुखी जाओ के हुण उत्थे जाके कहदी मां आए हो गया चल तू जा आ ता मैं झाड़ लेना तू एक गल करके पहला जा चला कोटी कुटी ला के झाड़ ली कितेई लग जे किधर ही नहीं कुछ होंदा हैगा भाग जा दिमाग ता पहला खराब है कोटी दी फिक्र होगी तैनू कुड़े चाची घर आई आ हां बिल्ले घर आई आ आ जा केड़ी है चाची मैं ता गगन आ अच्छा ओ भाई जी आया नु मत्था टेक दिया चाची जोंदी बसदी रह भाई बुड्ढा सहागण होवे दुद्धी पुत्ती फले और किवें आउणे जाणे होए तेरे चाची मैं ता सोडे कोल ना कोई काम ही आई सी हां दसो पुत्ता किवें आई सी चाची ओह ना असी जमीन लेती है ठेके ते सोडे खेत दे नाल ही लगदी है अच्छा ते गल कर ओनु तो कोई पही नहीं लगदी जेड़ी पही है ओ सोडे बांह दे परले पासे आ गई ते साडा बांह सोडी बट दे नाल ही रह गया ते बिल्लिया फिर पहला देखना सी ए ता पहला देखदे आपा भी पही लगदी है कोई बट डौल लगदी है कि नहीं चाची हुण बंदेयां नु पता ही ना होया ता लंगांगे किथों दी आपा चाची ए गल्लां दा ना बंदेयां नु पता हुंदा मैनु ता आप बंटू ने आके हुण दस्या इक्को दिन साडे लई ता इह स्यापा पै गया पहले ही सोचना सी ये ता वीर करन तो ते हुण तैनू पता अजकल दे जवाक किथों बस चाउंदे ते किथों पईयां दिंदे ने हां चाची मेरे मुंह दी गल खोली मैं ये कहंदी सी भी साडे बच्चे सोडे बच्चन नु आए कहदी भी असी सोडे खेत विच दी केरा ट्रैक्टर नगा लिया करांगे भई आ फसल साडी कढवा दो गाहण देखी जाऊ देख पुत ए ता मेरे वसों बाहर है गल हां कोई होर कोई चीज दी लोड है कोई पैसे टके दी लोड है ओ मैथों ले जा सकदी ए बिल्लिया ਇਹ ਤਾਂ ਹੁਣ ਗੁਰਬਚਨ ਜਾਣੇ ਜਾ ਭਾਈ ਉਹਦਾ ਪਾਪਾ ਜਾਣੇ ਇਹ ਤਾਂ ਹੁਣ ਮੇਰੇ ਵਸ ਦਾ ਰੋਗ ਨਹੀਂ ਗੱਲ ਤਾਂ ਤੁਹਾਡੀ ਠੀਕ ਹੈ ਚਾਚੀ ਪਰ ਹੁਣ ਕੀਤਾ ਵੀ ਕੀ ਜਾਵੇ ਮੈਂ ਤਾਂ ਐ ਸੀ ਚੱਲ ਚਾਚੀ ਕੋਲੇ ਜਾ ਕੇ ਆਉਂਗੀ ਤੁਹਾਡਾ ਮੁੰਡਾ ਵੀ ਇੱਕ ਵਾਰੀ ਪੁੱਛ ਲਿਓ ਫਿਰ ਵੀ ਚੱਲ ਕੋਈ ਗੱਲ ਨਹੀਂ ਇੰਨੀ ਕਿੰਨੀ ਕੁ ਫਸਲ ਲਤੜੀ ਜਾਊਗੀ ਉਹੀ ਭਾਈ ਅਸੀਂ ਫਸਲ ਵੇਲੇ ਕਰ ਲਾਂਗੇ ਚੱਲ ਕੋਈ ਨਹੀਂ ਬਿੱਲਿਆ ਉਹਨੂੰ ਗੁਰਬਚਨ ਨੂੰ ਘਰੇ ਆਉਣ ਦੇ ਫਿਰ ਮੈਂ ਉਹਦੇ ਨਾਲ ਗੱਲ ਕਰ ਲੂੰਗੀ ਬਾਕੀ ਤੈਨੂੰ ਪਤਾ ਹੁਣ ਕਣਕ ਵੀ ਖਰਾਬ ਹੋ ਜੂਗੀ ਤੇ ਕੋਈ ਪਹੀ ਤਾਂ ਫਿਰ ਹੁਣ ਦਿੱਤੀ ਨਹੀਂ ਜਾਂਦੀ ਚੱਲ ਚਾਚੀ ਰਾਹ ਤਾਂ ਨਹੀਂ ਦਿੱਤਾ ਜਾਂਦਾ ਇਹ ਤਾਂ ਤੇਰੀ ਸਿਆਣੀ ਗੱਲ ਆ ਅਸੀਂ ਕਿਹੜਾ ਆਏ ਆ ਕਹਿੰਨੇ ਵੀ ਸੋਡੀ ਜ਼ਮੀਨ 'ਚੋਂ ਅਸੀਂ ਪਹੀ ਮੰਗ ਲਈ ਆ ਸਾਡੀ ਫਸਲ ਭਈ ਕਢਾ ਦੋ ਉਹ ਜਿਹਾ ਬੋਰੀ ਗੱਟੇ ਦਾ ਜਿਹੜਾ ਹੋਇਆ ਕਣਕ ਦਾ ਸਾਡੀ ਜਿਹੜੀ ਲਤੜੀ ਜਾਊ ਅਸੀਂ ਦੇ ਦਾਂਗੇ ਕੇਰਾਂ ਤੋਂ ਆਦੇ ਮੁੰਡੇ ਨਾਲ ਗੱਲ ਕਰਕੇ ਦੇਖੀ ਜੇ ਮੰਨਦਾ ਤਾਂ ਬਾਹਲੀ ਸੋਹਣੀ ਗੱਲ ਆ ਚੱਲ ਸਾਡਾ ਹਿੱਲੇ ਨਾ ਵਸੀਲਾ ਹੋ ਜੂ ਨਾਲੇ ਕਹਿੰਦੇ ਹੁੰਦੇ ਗਵਾਂਢ ਹੀ ਗਵਾਂਢ ਦੇ ਕੰਮ ਆਉਂਦਾ ਗਾ ਹੋਰ ਕੌਣ ਆਊਗਾ ਚੱਲ ਕੋਈ ਨਹੀਂ ਬਿੱਲਿਆ ਫਿਰ ਮੈਂ ਮੁੰਡਿਆਂ ਨਾਲ ਗੱਲ ਕਰ ਲੂੰ ਗੁਰਬਚਨ ਨੂੰ ਆਉਣ ਦੇ ਘਰੇ ਨਾਲੇ ਉਹਦੇ ਭਾਪੇ ਨੂੰ ਆਉਣ ਦੇ ਫਿਰ ਮੈਂ ਉਹਨਾਂ ਨਾਲ ਗੱਲ ਕਰ ਲੂੰ ਬਿੱਲਿਆ ਬਾਕੀ ਨਾਲੇ ਪਹੀ ਤਾਂ ਅਸੀਂ ਦਿੰਦੇ ਨਹੀਂ ਹੈਗੇ ਇਹ ਵੀ ਤੈਨੂੰ ਪਤਾ ਫਿਰ ਵੀ ਅੱਜ ਕੱਲ ਤਾਂ ਹੁਣ ਫਿਰ ਪਹੀ ਦੇਤੀ ਤਾਂ ਫਿਰ ਪਹਿਲਾਂ ਕੋਈ ਸਾਧਨ ਹੀ ਨਹੀਂ ਹੈਗਾ ਚੱਲ ਕੋਈ ਨਾ ਚਾਚੀ ਅਸੀਂ ਕਿਹੜਾ ਪਹੀ ਮੰਗਦੇ ਆ ਇੱਕ ਵਾਰੀ ਆਏ ਹੁੰਦਾ ਵੀ ਚੱਲ ਲੰਘ ਜਿਆ ਕਰਾਂਗੇ ਕੇਰਾ ਮੁੜ ਕੇ ਚੱਲ ਦੇਖੀ ਜਾਊਗੀ ਗਾਹ ਨੂੰ ਅਸੀਂ ਤਾਂ ਇਹ ਜ਼ਮੀਨ ਲੈਂਦੇ ਹੀ ਨਹੀਂਗੇ ਬਾਕੀ ਮੈਂ ਬੰਟੂ ਨੂੰ ਵੀ ਕਹੂੰਗੀ ਇੱਕ ਵਾਰੀ ਬਾਈ ਨਾਲ ਗੱਲ ਕਰ ਲੂਗਾ ਚੱਲ ਕੋਈ ਨਹੀਂ ਗੱਲ ਕਰ ਲਿਓ ਮੈਂ ਵੀ ਸਮਝਾ ਦੂੰਗੀ ਉਹੀ ਗੱਲ ਫਿਰ ਪੈਸਾ ਤੇ ਲੈ ਜਾਣਾ ਤਾਂ ਭਾਈ ਉਹ ਲੈ ਜਾ ਮੇਰੇ ਤਾਂ ਆ ਸਾਰੇ ਪਰ ਪਹੀ ਤਾਂ ਹੁਣ ਦਿੰਦੇ ਹੀ ਨਹੀਂ ਅਸੀਂ ਚੱਲ ਕੋਈ ਨਾ ਚਾਚੀ ਫਿਰ ਚੱਲ ਠੀਕ ਹੈ ਮੈਂ ਜਾਨੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸ਼ੇਅਰ ਜਰੂਰ ਕਰਦਿਆ ਕਰੋ ਇੱਕ ਗੱਲ ਹੋਰ ਜੀ ਵੀਡੀਓ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਜਿਹੜੀ ਬੈਲ ਆ ਉਹਨੂੰ ਜਰੂਰ ਦਬਾ ਲਿਆ ਕਰੋ ਤਾਂ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ